ਮੇਰੇ ਪਿਆਰਿਓ, ਯਿਸੂ ਮਸੀਹ ਦੇ ਨਾਂ ਵਿੱਚ ਮੈਂ ਤੁਹਾਡਾ ਸਵਾਗਤ ਕਰਦਾ ਹਾਂ। ਯਿਸੂ ਮਸੀਹ ਸਾਨੂੰ ਬਹੁਤ ਪਿਆਰ ਕਰਦਾ ਹੈ। ਕੀ ਤੁਸੀਂ ਉਸ ਦੇ ਪਿਆਰ ਨੂੰ ਮਹਿਸੂਸ ਕਰਦੇ ਹੋ? ਉਹ ਹਰ ਦਿਨ ਸਾਡੇ ਪ੍ਰਤੀ ਆਪਣਾ ਪ੍ਰੇਮ ਵਿਖਾਉਣ ਲਈ ਰੋਜ਼ ਆਪਣੇ ਵਚਨ 'ਚੋਂ ਸਾਡੇ ਨਾਲ ਗੱਲ ਕਰਦਾ ਹੈ। ਇਸ ਦੇ ਨਾਲ ਹੀ ਉਹ ਆਪਣੇ ਵਚਨ ਦੇ ਦੁਆਰਾ ਹਰ ਦਿਨ ਸਾਡੀ ਅਗਵਾਈ ਕਰਦਾ ਹੈ। ਕੀ ਤੁਸੀਂ ਜਾਣਦੇ ਹੋ ਕਿ ਮੈਂ ਕਿੱਥੇ ਖੜ੍ਹਾ ਹਾਂ? ਤੁਸੀਂ ਜ਼ਰੂਰ ਜਾਣਦੇ ਹੋ ਕਿ ਮੈਂ ਨਾਗਾਸਾਕੀ ਸ਼ਹਿਰ ਵਿੱਚ ਹਾਂ। ਇਹ ਬਹੁਤ ਹੀ ਸੁੰਦਰ ਜਗ੍ਹਾ ਹੈ, ਲੇਕਿਨ 1945 ਵਿੱਚ ਜਿਸ ਸਮੇਂ ਵਿਸ਼ਵ ਯੁੱਧ ਚੱਲ ਰਿਹਾ ਸੀ, ਮਹਾਂਯੁੱਧ ਚੱਲ ਰਿਹਾ ਸੀ, ਉਸ ਸਮੇਂ 2 ਪਰਮਾਣੂ ਬੰਬ ਸੁੱਟੇ ਗਏ ਸਨ। ਇਸ ਸ਼ਹਿਰ 'ਤੇ ਪਰਮਾਣੂ ਬੰਬ ਦਾ ਇਸਤੇਮਾਲ ਕੀਤਾ ਗਿਆ ਸੀ ਅਤੇ ਉਸ ਦਾ ਅਸਰ, ਉਸ ਦੀਆਂ ਨਿਸ਼ਾਨੀਆਂ ਅੱਜ ਵੀ ਵੇਖ ਸਕਦੇ ਹੋ। ਜਦੋਂ ਉਹ ਪਰਮਾਣੂ ਬੰਬ ਸੁੱਟਿਆ ਗਿਆ ਤਾਂ ਇਹ ਸ਼ਹਿਰ ਪੂਰੀ ਤਰ੍ਹਾਂ ਨਾਲ ਨਸ਼ਟ ਹੋ ਗਿਆ ਸੀ, ਪੂਰੀ ਤਰ੍ਹਾਂ ਖਤਮ ਹੋ ਗਿਆ ਸੀ। ਜੇਕਰ ਲੋਕਾਂ ਨੂੰ ਇਸ ਦੇ ਬਾਰੇ ਪੁੱਛੀਏ ਤਾਂ ਅੱਜ ਵੀ ਬਹੁਤ ਸਾਰੇ ਲੋਕ ਇਸ ਸ਼ਹਿਰ ਦੇ ਬਾਰੇ ਇਹੋ ਸੋਚਦੇ ਹਨ ਕਿ ਪਰਮਾਣੂ ਬੰਬ ਕਰਕੇ ਇਹ ਸ਼ਹਿਰ ਪੂਰੀ ਤਰ੍ਹਾਂ ਖਤਮ ਹੋ ਗਿਆ ਸੀ, ਹੁਣ ਉੱਥੇ ਕੁਝ ਨਹੀਂ ਹੈ। ਪਰ ਇਹ 80 ਸਾਲ ਪਹਿਲਾਂ ਦੀ ਗੱਲ ਹੈ। ਲੋਕ 80 ਸਾਲ ਪਹਿਲਾਂ ਦੀ ਗੱਲ ਕਰਕੇ ਕਹਿੰਦੇ ਹਨ ਕਿ ਉੱਥੇ ਕੋਈ ਖੇਤੀਬਾੜੀ ਨਹੀਂ ਹੋ ਸਕਦੀ, ਉੱਥੇ ਝੋਨਾ ਨਹੀਂ ਉਗਾਇਆ ਜਾਂਦਾ, ਕੁਝ ਵੀ ਨਹੀਂ ਹੈ, ਉੱਥੇ ਕੋਈ ਵੀ ਇਨਸਾਨ ਨਹੀਂ ਰਹਿੰਦਾ ਹੈ, ਸਭ ਬਰਬਾਦ ਹੋ ਚੁੱਕਿਆ ਹੈ, ਇਸ ਤਰ੍ਹਾਂ ਕਹਿੰਦੇ ਹਨ। ਮੈਂ ਵੀ ਇਹੋ ਸੋਚਦਾ ਸੀ ਜਦੋਂ ਲੋਕ ਕਹਿੰਦੇ ਸਨ ਕਿ ਉੱਥੇ ਬੰਬ ਸੁੱਟਣ ਕਰਕੇ ਕੋਈ ਹਰਾ ਪੌਦਾ ਨਹੀਂ ਹੈ, ਕੋਈ ਹਰਿਆਲੀ ਨਹੀਂ ਹੈ। ਲੇਕਿਨ ਤੁਸੀਂ ਇੱਥੇ ਵੇਖ ਸਕਦੇ ਹੋ, ਸੜਕ ਦੇ ਇਸ ਪਾਸੇ, ਉਸ ਪਾਸੇ, ਚਾਰੇ ਪਾਸੇ ਜੇ ਵੇਖੋ ਤਾਂ ਸਭ ਜਗ੍ਹਾ ਦਰਖਤ ਲਾਏ ਗਏ ਹਨ, ਚਾਰੇ ਪਾਸੇ ਹਰਿਆਲੀ ਹੈ। ਇਹ ਜਗ੍ਹਾ ਪੂਰੀ ਤਰ੍ਹਾਂ ਬਦਲ ਚੁੱਕੀ ਹੈ। ਇੱਥੇ ਚਾਰੇ ਪਾਸੇ ਹਰਿਆਲੀ ਹੀ ਨਜ਼ਰ ਆਉਂਦੀ ਹੈ ਅਤੇ ਖੇਤਾਂ ਦੇ ਵਿੱਚ ਝੋਨਾ ਉਗਾਇਆ ਜਾਂਦਾ ਹੈ, ਦਰਖਤ ਹਨ, ਚਾਰੇ ਪਾਸੇ ਬਗੀਚੇ ਹਨ। ਇਸ ਦਾ ਮਤਲਬ ਕਿ ਹੁਣ ਤੱਕ ਅਸੀਂ ਝੂਠੀਆਂ ਗੱਲਾਂ 'ਤੇ ਵਿਸ਼ਵਾਸ ਕੀਤਾ ਹੈ। 80 ਸਾਲ ਪਹਿਲਾਂ ਜਿਹੜਾ ਪਰਮਾਣੂ ਬੰਬ ਇੱਥੇ ਸੁੱਟਿਆ ਗਿਆ ਸੀ, ਕੁਝ ਦੇਰ ਤੱਕ ਉਸਦਾ ਅਸਰ ਇੱਥੇ ਜ਼ਰੂਰ ਰਿਹਾ, ਲੇਕਿਨ ਲੋਕ ਅਜੇ ਤੱਕ ਉਸਦੇ ਬਾਰੇ ਗਲਤ ਫਹਿਮੀਆਂ ਪੈਦਾ ਕਰਦੇ ਹੀ ਆ ਰਹੇ ਹਨ। ਲੋਕਾਂ ਨੂੰ ਹਕੀਕਤ ਪਤਾ ਨਹੀਂ ਹੈ ਅਤੇ ਉਹ ਝੂਠੀਆਂ ਗੱਲਾਂ ਉੱਤੇ ਵਿਸ਼ਵਾਸ ਕਰਦੇ ਆਏ ਹਨ ਅਤੇ ਲਗਾਤਾਰ ਝੂਠ ਹੀ ਫੈਲਾਉਂਦੇ ਹਨ। ਅਜੇ ਵੀ ਦੁਨੀਆ 'ਚ ਇਸ ਤਰ੍ਹਾਂ ਦੇ ਬਹੁਤ ਲੋਕ ਹਨ, ਲੇਕਿਨ ਇੱਥੋਂ ਦੇ ਹਾਲਾਤ ਪੂਰੀ ਤਰ੍ਹਾਂ ਬਦਲ ਚੁੱਕੇ ਹਨ। ਲੋਕ ਖੁਸ਼ੀ ਨਾਲ ਇੱਥੇ ਰਹਿੰਦੇ ਹਨ ਅਤੇ ਚਾਰੇ ਪਾਸੇ ਹਰਿਆਲੀ ਹੈ। ਜਿਹੜੇ ਬੰਬ 80 ਸਾਲ ਪਹਿਲਾਂ ਸੁੱਟੇ ਗਏ ਸਨ, ਹਾਂ, ਕੁਝ ਸਾਲਾਂ ਤੱਕ ਉਹਨਾਂ ਦਾ ਅਸਰ ਜ਼ਰੂਰ ਰਿਹਾ, ਪਰ ਜੇਕਰ ਅਜੇ ਤੱਕ ਅਸੀਂ ਝੂਠੀਆਂ ਗੱਲਾਂ ਉੱਤੇ ਯਕੀਨ ਕਰਕੇ ਸੋਚਦੇ ਹਾਂ ਕਿ ਅਜੇ ਵੀ ਸਭ ਉਸੇ ਤਰ੍ਹਾਂ ਹੈ, ਤਾਂ ਇਹ ਸੋਚਣਾ ਛੱਡ ਦਿਓ, ਕਿਉਂਕਿ ਇਹ ਬਿਲਕੁਲ ਗਲਤ ਹੈ। ਕਿਉਂਕਿ ਕੁਝ ਸਮੇਂ ਦੇ ਬਾਅਦ ਹਾਲਾਤ ਬਦਲ ਜਾਂਦੇ ਹਨ, ਕੁਝ ਵੀ ਸਦਾ ਇੱਕੋ ਜਿਹਾ ਨਹੀਂ ਰਹਿੰਦਾ, ਅਸੀਂ ਉਸ 'ਤੇ ਧਿਆਨ ਦੇਣਾ ਹੈ। ਕੁਝ ਲੋਕ ਪੁਰਾਣੀਆਂ ਗੱਲਾਂ ਨੂੰ ਹੀ ਦਿਮਾਗ ਵਿੱਚ ਰੱਖਦੇ ਹਨ ਅਤੇ ਜੋ ਬਦਲਾਵ ਹੋਇਆ ਹੁੰਦਾ ਹੈ ਉਸ 'ਤੇ ਧਿਆਨ ਨਹੀਂ ਦਿੰਦੇ, ਪਰ ਸਾਡੇ ਲਈ ਇਹ ਬਹੁਤ ਹੀ ਜ਼ਰੂਰੀ ਹੈ ਕਿ ਅਸੀਂ ਪਰਿਵਰਤਨ ਉੱਤੇ ਧਿਆਨ ਦੇਈਏ। ਠੀਕ ਹੈ, ਆਓ ਵੇਖੀਏ ਕਿ ਪਰਮੇਸ਼ਰ ਦਾ ਵਾਅਦਾ ਅੱਜ ਸਾਨੂੰ ਕੀ ਕਹਿੰਦਾ ਹੈ। ਯਸਾਇਆ 60 ਅਧਿਆਏ ਉਸ ਦੀ 2 ਆਇਤ, ਯਹੋਵਾ ਤੇਰੇ ਉੱਤੇ ਚਮਕੇਗਾ ਅਤੇ ਉਹਦਾ ਪ੍ਰਤਾਪ ਤੇਰੇ ਉੱਤੇ ਵਿਖਾਈ ਦੇਵੇਗਾ। ਯਹੋਵਾ ਚਮਕੇਗਾ, ਇਸ ਆਇਤ ਵਿੱਚ ਚਮਕਣ ਦਾ ਮਤਲਬ ਹੈ ਕਿ ਪਰਮੇਸ਼ਰ ਦੀ ਰੌਸ਼ਨੀ ਚਮਕੇਗੀ, ਜਿਵੇਂ ਅੰਗਰੇਜ਼ੀ 'ਚ ਕਹਿੰਦੇ ਹਨ ਸਨਰਾਈਜ਼। ਜਦੋਂ ਸੂਰਜ ਚੜ੍ਹਦਾ ਹੈ ਤਾਂ ਕੀ ਹੁੰਦਾ ਹੈ ਕਿ ਜਿਵੇਂ ਜਿਵੇਂ ਸੂਰਜ ਦੀ ਰੌਸ਼ਨੀ ਹੌਲੀ ਹੌਲੀ ਵੱਧਦੀ ਜਾਂਦੀ ਹੈ ਤਾਂ ਜੋ ਵੀ ਹਨੇਰਾ ਹੁੰਦਾ ਹੈ ਉਹ ਭੱਜ ਜਾਂਦਾ ਹੈ। ਰੌਸ਼ਨੀ ਆਉਣ ਨਾਲ ਹਨੇਰਾ ਦੂਰ ਹੋ ਜਾਂਦਾ ਹੈ, ਮਤਲਬ ਦੁੱਖ ਦੂਰ ਹੋਵੇਗਾ ਅਤੇ ਆਨੰਦ ਆ ਜਾਏਗਾ। ਹਨੇਰਾ ਜੋ ਹੈ ਉਹ ਡਰ ਅਤੇ ਘਬਰਾਹਟ ਨੂੰ ਲੈ ਕੇ ਆਉਂਦਾ ਹੈ, ਲੇਕਿਨ ਪ੍ਰਭੂ ਦੀ ਰੌਸ਼ਨੀ ਆਉਣ ਨਾਲ ਹਨੇਰਾ ਦੂਰ ਹੁੰਦਾ ਹੈ ਅਤੇ ਆਨੰਦ ਮਿਲਦਾ ਹੈ। ਇਸੇ ਕਰਕੇ ਸੂਰਜ ਦੀ ਲੋੜ ਹੈ। ਹੋ ਸਕਦਾ ਹੈ ਸਾਡੇ ਜੀਵਨ 'ਚ ਕੋਈ ਇਸ ਤਰ੍ਹਾਂ ਦਾ ਹਨੇਰਾ ਹੋਵੇ, ਪਾਪ ਦਾ ਹਨੇਰਾ ਜਾਂ ਡਰ ਦਾ ਹਨੇਰਾ,
ਸ਼ੈਤਾਨ ਨਾਮ ਦਾ ਹਨੇਰਾ ਜੋ ਤੁਹਾਡੇ ਵਿਰੁੱਧ ਕੰਮ ਕਰਦਾ ਹੈ। ਕਈ ਵਾਰ ਲੋਕ ਕਹਿੰਦੇ ਹਨ ਕਿ ਜੀਵਨ ਵਿੱਚ ਅੱਗੇ ਰਾਹ ਵਿਖਾਈ ਨਹੀਂ ਦੇ ਰਿਹਾ, ਜ਼ਿੰਦਗੀ ਦਾ ਕੀ ਬਣੇਗਾ ਪਤਾ ਨਹੀਂ, ਘਬਰਾਏ ਹੋਏ ਹਾਂ। ਇਸ ਦਾ ਮਤਲਬ ਇਹ ਹੈ ਕਿ ਤੁਹਾਡੇ ਜੀਵਨ ਵਿੱਚ ਡਰ ਨਾਮ ਦਾ ਹਨੇਰਾ ਹੈ ਜਿਸ ਦੇ ਕਾਰਨ ਤੁਸੀਂ ਬਹੁਤ ਪਰੇਸ਼ਾਨ ਹੋ। ਬੱਚਿਆਂ ਦੀ ਪੜ੍ਹਾਈ ਤੇ ਹੋਰ ਵੀ ਬਹੁਤ ਸਾਰੀਆਂ ਜ਼ਰੂਰਤਾਂ ਹਨ ਅਤੇ ਇਹਨਾਂ ਜ਼ਰੂਰਤਾਂ ਦੇ ਬਾਰੇ ਸੋਚ ਕੇ ਘਬਰਾਏ ਹੋਏ ਹੋ, ਤਾਂ ਯਿਸੂ ਤੁਹਾਡੇ ਜੀਵਨ ਵਿੱਚ ਚਮਕੇਗਾ। ਯਿਸੂ ਮਸੀਹ ਨੂੰ ਇੱਕ ਨਾਮ ਦਿੱਤਾ ਗਿਆ ਹੈ, ਉਹ ਧਰਮ ਦਾ ਸੂਰਜ ਹੈ। ਜਦੋਂ ਯਿਸੂ ਨਾਮਕ ਰੌਸ਼ਨੀ ਆਵੇਗੀ ਤਾਂ ਸਾਰਾ ਹਨੇਰਾ ਦੂਰ ਹੋ ਜਾਏਗਾ, ਪਰ ਹਨੇਰੇ ਦੇ ਦੂਰ ਹੋਣ ਲਈ ਯਿਸੂ ਦਾ ਤੁਹਾਡੇ ਜੀਵਨ 'ਚ ਆਉਣਾ ਜ਼ਰੂਰੀ ਹੈ। ਹੇ ਹਨੇਰੇ ਤੂੰ ਦੂਰ ਹੋ ਜਾ, ਹਨੇਰੇ ਦੂਰ ਹੋ ਜਾ, ਇਸ ਤਰ੍ਹਾਂ ਕਹਿਣ ਨਾਲ ਦੂਰ ਨਹੀਂ ਹੋਵੇਗਾ, ਰੌਸ਼ਨੀ ਨਾਲ ਹੀ ਹਨੇਰਾ ਦੂਰ ਹੋਵੇਗਾ। ਇਸੇ ਤਰ੍ਹਾਂ ਜਦੋਂ ਯਿਸੂ ਤੁਹਾਡੇ ਜੀਵਨ 'ਚ ਆਏਗਾ ਤਦ ਜੀਵਨ ਦਾ ਹਨੇਰਾ ਦੂਰ ਹੋਵੇਗਾ। ਜੀ ਹਾਂ, ਆਪਣੀ ਜਾਂਚ ਕਰਕੇ, ਆਪਣੇ ਜੀਵਨ ਦੀ ਜਾਂਚ ਕਰਕੇ ਵੇਖਣਾ ਹੈ ਕਿ ਕੀ ਯਿਸੂ ਮਸੀਹ ਮੇਰੇ ਜੀਵਨ 'ਚ ਹੈ। ਜੇ ਨਹੀਂ ਤਾਂ ਕਹਿਣਾ ਹੈ, ਯਿਸੂ ਤੂੰ ਮੇਰੇ ਜੀਵਨ ਵਿੱਚ ਚਮਕ, ਮੈਂ ਅੱਜ ਤੇਰੇ ਸਾਹਮਣੇ ਅਰਪਣ ਕਰਦਾ ਹਾਂ। ਤੁਸੀਂ ਇਹ ਕਹਿ ਕੇ ਪੁਕਾਰੋ, ਹੇ ਪਰਮੇਸ਼ਰ ਤੂੰ ਮੇਰੇ ਜੀਵਨ 'ਚ ਪ੍ਰਵੇਸ਼ ਕਰ ਤੇ ਸ਼ੈਤਾਨ ਦਾ ਸਾਰਾ ਹਨੇਰਾ ਡਰ ਮੇਰੇ ਜੀਵਨ ਦੇ ਵਿੱਚੋਂ ਦੂਰ ਕਰ ਦੇ। ਪ੍ਰਾਰਥਨਾ ਕਰੋ ਤੇ ਅੱਜ ਹੀ ਇੱਕ ਬਦਲਾਵ ਵੇਖੋਗੇ। ਮਿਲ ਕੇ ਦੁਆ ਕਰਾਂਗੇ, ਹੇ ਯਿਸੂ ਤੂੰ ਧਾਰਮਿਕਤਾ ਦਾ ਸੂਰਜ ਹੈ, ਮੇਰੇ ਜੀਵਨ ਵਿੱਚ ਚਮਕਣ ਵਾਸਤੇ ਅੱਜ ਮੈਂ ਆਪਣੇ ਆਪ ਨੂੰ ਪੂਰੇ ਦਿਲ ਨਾਲ ਅਰਪਣ ਕਰਦੇ ਹੋਏ ਅੱਜ ਮੈਂ ਤੇਰੇ ਸਾਹਮਣੇ ਪ੍ਰਾਰਥਨਾ ਕਰਦਾ ਹਾਂ। ਆਮੀਨ, ਆਮੀਨ।